ਬੇਨਤੀ ਆ ਕਿ ਸ਼ਾਂਤੀ ਬਣਾਈ ਰੱਖੋ, ਕੋਈ ਕਿਸੇ ਨਾਲ ਝਗੜੇ ਨਾ, ਅਤੇ ਸੜਕ ਕਲੀਅਰ ਕਰ ਦਿਓ, ਸਾਰੇ ਜਣੇ ਸੜਕ ਤੋਂ ਸਾਈਡ 'ਤੇ ਹੋ ਕੇ ਖੜੋ, ਅਤੇ ਜਿਹੜਾ ਵੀ ਵੀਰਾਂ ਨੇ ਕਾਗਜ਼ ਜਮ੍ਹਾਂ ਕਰਾਉਣੇ ਆ ਸਿਰਫ ਉਹੀ ਲੈਣਾ 'ਚ ਲੱਗਣ, ਬਾਕੀ ਬੈਰੀਗੇਟ ਤੋਂ ਪਿੱਛੇ ਆ ਜਾਣ ਸਾਰੇ ਵੀਰ ਮੇਰੇ। ਸਾਰੇ ਵੀਰ ਆ ਕੇ ਬੇਨਤੀ ਆ, ਸ਼ਾਂਤੀ ਬਣਾਈ ਰੱਖੋ ਸਾਰੇ ਜਣੇ। ਭਰਾਵਾ ਬੋਲੀ ਛੱਡੀਆਂ ਗੱਲ ਸਾਡੇ
ਗੋਲੇ ਮਾਰ ਤੋਂ ਪੁੱਛ ਬੰਦੇ ਕੁੜ ਕੁੜ ਕੇ ਛੁੱਟੀ ਜਾਂਦੇ ਜੇ ਕਾਹਦੇ ਨੀ ਮਾਰਦੇ ਜੇ ਆਪਣੀ ਪਾਰਟੀ ਨੇ ਇਕੱਠੇ ਹੋਣਾ ਬੀਬੀ ਜੰਨੜ ਸਾਹਿਬ ਦੀ ਅੱਜ ਨਸ਼ਹਿਰੇ ਬਲਾਕ ਦੇ ਵਿੱਚ ਜਿਹੜਾ ਸੁਣਿਆ ਗਿਆ ਵਾ ਵੀ ਲੋਕੀ ਕੈਂਡੀਡੇਟ ਤੋਂ ਬਗੈਰ ਫਾਰਮ ਜਮ੍ਹਾਂ ਕਰਾਉਣਾ ਸੀ ਕੀ ਗੱਲ? ਦੇਖੋ ਜੀ, ਕਈ ਗਲਤ ਬੰਦੇ ਆ ਉਹ ਆਪ ਆਉਂਦੇ ਨੀ ਗੇ, ਉਹਨਾਂ ਨੇ ਧੋਖੇ ਕੀਤੇ ਆ, ਲੋਕਾਂ ਨੂੰ ਬਹੁਤ ਧੱਕਾ ਕੀਤਾ ਵਾ, ਉਹ ਆਪ ਨਹੀਂ ਆਏ ਅਤੇ ਲੁਕੀ ਛੁਪੇ ਬੰਦੇ ਘਲਾ ਕੇ ਫਾਈਲਾਂ ਭਰ ਰਹੇ ਆ ਅਤੇ ਕੈਂਡੀਡੇਟ ਤੋਂ ਬਗੈਰ ਜਿਹੜੀ ਫਾਈਲ ਆ ਉਹ ਭਰੀ ਨਹੀਂ ਜਾ ਸਕਦੀ, ਇਹ ਕਾਨੂੰਨ ਆ। ਅੱਜ ਪ੍ਰਸ਼ਾਸਨ ਨੇ ਤੁਹਾਡਾ ਸਾਥ ਦਿੱਤਾ ਇੱਥੇ ਫਿਰ? ਵੇਖੋ ਜੀ, ਪ੍ਰਸ਼ਾਸਨ ਨੇ ਸਾਡਾ ਕੋਈ ਐਡਾ ਬਹੁਤਾ ਸਾਥ ਨਹੀਂ ਦਿੱਤਾ, ਡੰਡੇ ਬਹੁਤ ਮਾਰਦੇ ਰਹੇ ਸਾਨੂੰ, ਤੇ ਆਮ ਆਦਮੀ ਪਾਰਟੀ ਨੂੰ ਤਾਂ ਜ਼ਿਆਦਾ ਹੀ ਇਹਨਾਂ ਨੇ ਕੁੱਟਿਆ ਵਾ। ਫੈਰਕ ਜਿਹੜਾ ਉਦੋਂ ਅਸੀਂ ਦੂਰ ਹਾਂ, ਉਦੋਂ ਨਹੀਂ ਸਾਨੂੰ ਪਤਾ ਕਿੰਨੇ ਕੀਤੀ ਕਿੰਨੇ ਨਹੀਂ, ਅਸੀਂ ਤਾਂ ਬਹੁਤ ਦੂਰ ਹਾਂ ਜੀ, ਅਸੀਂ ਤਾਂ ਡਰਦੇ ਪਿਛਾਂ ਖਲੋਤੇ ਹਾਂ। ਹੋਈ ਹੈ ਜੀ, ਕੋਈ 10-5 ਰਾਊਂਡ ਚੱਲੇ ਹੀ ਆ ਜੀ। ਹਾਂ, ਕੀ ਗੱਲ ਹੋਈ ਅੱਜ ਨਸ਼ਹਿਰਾ ਪੰਨੂਆਂ ਜੀ? ਅੱਜ ਲਾਸਟ ਦਿਨ ਨੋਮੀਨੇਸ਼ਨ ਫਾਈਲ ਕਰਨ ਦਾ ਸੀਗਾ, ਔਲਰੇਡੀ ਦੋਵਾਂ ਪਾਸਿਆਂ ਦੇ ਉੱਤੇ 150-200 ਮੀਟਰ ਦੇ ਉੱਤੇ ਬੈਰੀਕੇਡਿੰਗ ਕੀਤੀ ਹੋਈ ਆ ਅਤੇ ਪ੍ਰੋਪਰ ਫੋਰਸ ਲਾਈ ਗਈ ਸੀਗੀ ਕਿ ਜਿਹੜੇ ਨੋਮੀਨੇਸ਼ਨ ਜਿਹਨਾਂ ਨੇ ਫਾਈਲ ਕਰਨੇ ਆ ਸਿਰਫ ਉਹ ਹੀ ਇਹਨਾਂ ਬੈਰੀਕੇਟਾਂ ਤੋਂ ਅੱਗੇ ਆ ਕੇ ਨੋਮੀਨੇਸ਼ਨ ਫਾਈਲ ਕਰ ਸਕਦੇ ਨਾ, ਬਾਕੀ ਸਾਰੇ ਪਿੱਛੇ ਰਹਿਣਗੇ ਹਜੂਮ। ਇਸ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਵਾਰਦਾਤ ਸਾਹਮਣੇ ਆਈ ਆ ਕਿ ਕਿਸੇ ਨੇ ਕੀਤੀ ਆ ਕਿ ਬਾਜ਼ਾਰ ਦੇ ਵਿੱਚ ਕਿਸੇ ਬੰਦੇ ਵੱਲੋਂ ਕੋਈ ਗੋਲੀ ਚੱਲੀ ਆ ਜੀ, ਕਿਸੇ ਹਰਜੀਤ ਸਿੰਘ ਨਾਂ ਦੇ ਬੰਦੇ 'ਤੇ ਪਿੰਨੀ ਦੇ ਵਿੱਚ ਗੋਲੀ ਲੱਗੀ ਆ, ਉਹਨੂੰ ਹੋਸਪਿਟਲ ਐਡਮਿਟ ਕਰਾਇਆ, ਕਹਿੰਦੇ ਸਟੇਬਲ ਹੈ ਇਸ ਟਾਈਮ, ਠੀਕ ਆ, ਉਹ ਪਤਾ ਕਰਦੇ ਆ ਕਿਸ ਕਾਰਨ ਕਰਕੇ ਕਿਸ ਬੰਦੇ ਵੱਲੋਂ ਚਲਾਈ ਗਈ ਹੈ ਜੀ। ਜਿਹੜੀ ਗੋਲੀ ਵਨ ਸਾਈਡਡ ਹੈ, ਦੋਵੇਂ ਸਾਈਡਡ? ਨਹੀਂ, ਹਜੇ ਤੱਕ ਤਾਂ ਵਨ ਸਾਈਡਡ ਹੋਈ ਆ ਜੀ, ਬੋਥ ਸਾਈਡ ਨਹੀਂ ਹੈਗੀ, ਵਨ ਸਾਈਡਡ ਚੱਲੀ ਹੈ। ਉਹ ਸੁਣਨ 'ਚ ਨਹੀਂ ਹਜੇ ਆਇਆ ਜੀ, ਚੈੱਕ ਕਰਾਂਗੇ ਕਿਹੜੀ ਪਾਰਟੀ ਨਾਲ ਬਿਲੋਂਗ ਕਰਦਾ, ਜਿਹੜੀ ਨਾਲ ਵੀ ਬਿਲੋਂਗ ਕਰਦਾ ਹੈ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਦੂਗੀ, ਬਾਕੀ ਜੋ ਸਟੇਟਮੈਂਟ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ। ਇੱਕ ਸਿੰਗਲ ਫਾਇਰ ਹੋਇਆ। ਠੀਕ ਹੈ।
ਕਾਗਜ਼ ਭਰਨ ਜਾਣ ਡਿਆ ਠੀਕ ਹੈ ਜੀ ਅਤੇ 8-10 ਜਣੇ ਹੀ ਹੈਗੇ ਹਾਂ ਸਿਰਫ ਅਤੇ ਸਾਨੂੰ ਜਦੋਂ ਜਾਣ ਡਏ ਹਾਂ ਅਤੇ ਰਸਤੇ ਦੇ ਵਿੱਚ ਆ ਗੇਟ ਜਦੋਂ ਲੰਘੇ ਆ ਅਗਲੇ ਬੰਨੇ ਜੋ ਨਾ ਸਰਵਨ ਸਿੰਘ ਧੋਣ ਦੇ ਹੈਗੇ ਆ ਇਹਨਾਂ ਗੁੰਡੇ ਸਿੱਧੇ ਸੀ ਉਹ ਸਾਡੇ ਜਾਂਦੇ ਹੀ ਗਲ ਪੈ ਗਏ ਪੁਲਿਸ ਪ੍ਰਸ਼ਾਸਨ ਨਾਲ ਹੀ ਉਹਨਾਂ ਦੇ ਕੌਣ ਹੈਗਾ ਸੀ ਉੱਥੇ ਮੁੱਖ ਸਰਵਨ ਸਿੰਘ ਝੋਨਾ ਆਪ ਹੈਗੇ ਸੀ ਨਹੀਂ ਆਪ ਨਹੀਂ ਬੰਦੇ ਉਹਨਾਂ ਕਹਿੰਦੇ ਸੀ ਕਿੰਨੇ ਜ਼ਖਮੀ ਹੋਏ ਤੁਹਾਡੇ ਸਾਡੇ ਇੱਕ ਮੈਂ ਕਿਹਾ ਮੁੰਡੇ ਦੇ ਵੱਜੀਆਂ ਇਹਨਾਂ ਦੇ ਵੱਜੀਆਂ ਤਿੰਨਾਂ ਚੌਂ ਜਣੇ ਦੇ ਵੱਜੀਆਂ ਹਾਂ ਮੇਰੇ ਆ ਕਾਚੂ ਮਾਰਿਆ ਉਹ ਬੰਦੇ ਨੂੰ ਦੋ ਦਿਨਾਂ ਨੂੰ ਅਸੀਂ ਬਾਈ ਫਿਰ ਜਾਣਦੇ ਵੀ ਹਾਂ ਇੱਕ ਮਹਿਲ ਸਿੰਘ ਜੀ ਨੇ ਕਾਚੂ ਮਾਰਿਆ ਸੀ ਠੀਕ ਆ ਉਹਦਾ ਮੁੰਡਾ ਰੋਬਨ ਸਿੰਘ ਆ ਇੱਕ ਉਹਦਾ ਨਿਸ਼ਾਨ ਸਿੰਘ ਮੁੰਡਾ ਇੱਕ ਮਨਦੀਪ ਸਿੰਘ ਆ ਅਤੇ 5-6 ਜਣੇ ਨਾਲ ਹੋਰ ਜਾਣ ਪਛਾਤੇ ਸੀਗੇ ਅਤੇ ਉਹਨਾਂ ਨੂੰ ਮਤਲਬ ਹਥਿਆਰਾਂ ਨਾਲ ਸਾਰੇ ਲੈਸੀ ਸੀ ਜਿਹੜੀ ਗੱਲ ਸੀ ਅਸੀਂ ਤਾਂ ਖਾਲੀ ਹੱਥੀ ਜਾਣ ਡਿਆ ਸਾਰੇ ਜਿਹੜੀ ਗੱਲ ਆ ਅਤੇ ਨਾ ਸਾਡਾ ਕੋਈ ਲੜਾਈ ਝਗੜੇ ਦਾ ਕਿਸੇ ਦਾ ਮੈਟਰ ਸੀ 8-10 ਜਣੇ ਹੀ ਹੈਗੇ ਹਾਂ ਸਿਰਫ ਅਸੀਂ ਜੀ ਸਰਦਾਰ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਦੇ ਕਾਂਗਰਸ ਪਾਰਟੀ ਵੱਲੋਂ ਬਲਾਕ ਵਟੋਏ ਵੱਲੋਂ ਮੇਰੇ ਨਾਲ ਗੁਰਮੁਖ ਸਿੰਘ ਪ੍ਰਧਾਨ ਸੀਗੇ ਨਾਲ ਬਲਾਕ ਪ੍ਰਧਾਨ ਆਏ ਸੀ ਅਸੀਂ ਇੱਥੋਂ ਨਾ ਕਾਗਜ਼ ਜਮ੍ਹਾਂ ਕਰਵਾਉਣ ਚੱਲੇ ਡਿਪਟੀ ਸਾਹਿਬ ਨਾਲ ਗੱਲ ਕੀਤੀ ਸੀ ਡਿਪਟੀ ਸਾਹਿਬ ਸਾਨੂੰ ਮਤਲਬ ਅਸੀਂ ਕਾਗਜ਼ ਜਮ੍ਹਾਂ ਕਰਵਾਉਣ ਲੱਗੇ ਹਾਂ ਅਤੇ ਸਾਨੂੰ ਜੇ ਅਗਲੇ ਬੰਨੇ ਸਾਨੂੰ ਪਤਾ ਲੱਗਾ ਵੀ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਆਓ SHO ਸਾਹਿਬ ਦੀ ਡਿਊਟੀ ਲੱਗੀ ਆ ਅਸੀਂ ਇੱਥੋਂ ਗਏ ਹਾਂ ਜੀ ਸਾਡੇ ਨਾਲ ਇਹਨਾਂ ਨੇ ਕਾਗਜ਼ ਭਰੇ ਸੀ ਅਸੀਂ ਤਾਂ ਚਲੋ ਨਾਲ ਆਪਣੇ ਨਾਲ ਇਹਨਾਂ ਦੇ ਨਾਲ ਕਵਰੇਜ ਕਰ ਰਹੇ ਸੀਗੇ ਅਤੇ ਅਸੀਂ ਜਦੋਂ ਉੱਥੇ ਅਸੀਂ ਪਹੁੰਚੇ ਹਾਂ ਜਦੋਂ ਇੱਥੋਂ ਨਿਕਲ ਕੇ ਅਸੀਂ ਜਦੋਂ ਉੱਥੇ ਪਹੁੰਚੇ ਹਾਂ ਜਾ ਕੇ ਸਾਨੂੰ DSP ਸਾਹਿਬ ਨੇ ਕਿਹਾ ਵੀ SHO ਸਾਹਿਬ ਖੜ੍ਹੇ ਨੇ ਅਸੀਂ ਜਦੋਂ ਗਏ ਹਾਂ ਅੱਗੇ ਜਾ ਰਹੇ ਹਾਂ
ਪ੍ਰਸ਼ਾਸਨ ਦੇ ਵਿੱਚ ਇੰਨੇ ਕੁ ਗੁੰਡਾਗਰਦੀ ਸੀ, ਉਹਨਾਂ ਨੇ ਮਤਲਬ ਡੰਗ ਡਾਂਗ ਦੂਜਾ ਫੜੇ ਸੀਗੇ। ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਤੁਸੀਂ ਸਾਇਲੈਂਟ ਹੋ ਕੇ ਚੱਲੋ, ਆਪਦਾ ਕੋਈ ਗੱਲ ਨਹੀਂ, ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ। ਜਦੋਂ ਅਸੀਂ ਕਾਂਗਰਸ ਵਰਗੀ ਆਪਦੇ ਅਮਨ ਅਮਾਨ ਦੇ ਨਾਲ, ਅਮਨ ਅਮਾਨ ਅਤੇ ਸ਼ਾਂਤੀ ਦੇ ਨਾਲ ਅਸੀਂ ਉੱਥੇ ਜਾ ਕੇ ਪਹੁੰਚੇ ਹਾਂ, ਉੱਥੇ ਇਹਨਾਂ ਦਾ ਪੀਏ ਸੀ ਜਿੰਦਰ ਬੁਰਜ, ਉਹਨਾਂ ਨੇ ਆਪਦੇ ਗੁੰਡਿਆਂ ਦੇ ਨਾਲ ਗਾਲੀ ਗਲੋਚ ਕੀਤੀ। ਤੁਹਾਨੂੰ ਵੀਡੀਓ ਦੇ ਦਿੰਦੇ ਹਾਂ, ਉਹਨਾਂ ਨੇ ਇੱਥੋਂ ਤੱਕ ਮਤਲਬ ਜਿਹੜੇ ਸਾਡੇ ਸਰਪੰਚ ਸੀਗੇ, ਜਿਹੜੇ ਆਗੂ ਖੜ੍ਹੇ ਸੀਗੇ ਮੈਂਬਰ ਸਰਪੰਚ, ਉਹਨਾਂ ਦੀ ਇੰਨੀ ਤੋਹੀਨ ਕੀਤੀ। ਸਾਡੇ ਕੋਲ ਵੀਰ ਇੱਕ ਸਿੱਖਾਂ ਦੇ ਸਿੱਖ ਵੀਰ ਸੀਗਾ, ਉਹਦੀ ਪੱਗ ਵੀ ਉਤਾਰੀ ਗਈ ਆ, ਅਤੇ ਇਹਨਾਂ ਦੇ ਅਵਤਾਰ ਸਿੰਘ ਦੇ ਸੱਟ ਲੱਗੀ ਸਿਰ ਦੇ ਵਿੱਚ, ਆ ਮੇਰੀ ਆ ਉਂਗਲ ਟੁੱਟ ਗਈ ਆ। ਇੱਧਰ ਕਰਕੇ ਸਾਡੇ 10-12 ਜਿਹੜੇ ਹੈਗੇ ਆ ਸੱਜਣ, ਸਾਡੇ ਵਰਕਰ ਜਿਹੜੇ ਕਾਂਗਰਸੀ ਵਰਕਰ, ਅਤੇ ਉਹ ਮਤਲਬ ਜ਼ਖਮੀ ਹੋਏ ਆ। ਪਰ ਜੇ ਇੰਨੀ ਗੁੰਡਾਗਰਦੀ ਜਿਹੜੀ ਮਾਨ ਸਰਕਾਰ ਆਉਂਦੀ ਸੀ ਵੀ ਐਰਕਾਂ ਦੀ ਅਸੀਂ ਸੱਥਾਂ ਦੇ ਵਿੱਚੋਂ ਸਰਪੰਚ ਚੁਣਾਂਗੇ, ਪਰ ਆਹ ਜਿਹੜੀ ਸੱਥਾਂ ਦੇ ਵਿੱਚ ਸਰਪੰਚ ਚੁਣ ਲਈ ਐਰਕਾਂ ਦੀ ਇਹਨਾਂ ਨੇ ਝੋਲਾ ਕਲਚਰ ਪ੍ਰਮੋਟ ਕਰ ਦਿੱਤਾ ਆ। ਉਹ ਆਹ ਜਿਹੜੇ ਸੱਥਾਂ ਵਾਲੇ ਸਰਪੰਚ ਸੀਗੇ ਜਿਨ੍ਹਾਂ ਇਲੈਕਸ਼ਨ ਲੜਨੀ ਸੀਗੀ, ਉਹ ਆਹ ਬੈਠੇ ਨੇ ਧਰਨਾ ਦੇ ਰਹੇ ਨੇ ਅੱਜ। ਅਤੇ ਸੁਰੱਖਿਆ ਡਿਪਟੀ ਸਾਹਿਬ ਸੀ, SHO ਸੀ ਨਾਲ, ਅਤੇ ਜਦੋਂ ਅਸੀਂ ਗਏ ਹਾਂ ਅਤੇ ਮੁੜ ਕੇ ਉਹਨਾਂ ਹੱਲਾ ਬੋਲਤਾ ਹਜੇ ਦੇ, ਅਤੇ ਬੁਰਜ ਸੀ ਨਾਲ ਉਹਦਾ ਜਿੰਦਾ, ਉਹਨੇ ਰੋੜੇ ਮਾਰੇ ਅੰਦਰੋਂ ਹਜੇ ਆਹ ਪੁਲਿਸ ਦੇ ਸਾਹਮਣੇ। ਸਰਕਾਰ ਮੁਰਦਾਬਾਦ, ਲੋਕਤੰਤਰ ਦਾ ਘਾਣ ਕਰਨ ਵਾਲੀ ਸਰਕਾਰ ਮੁਰਦਾਬਾਦ, ਸਰਵਣ ਧੋਂਦਾ ਪੀਏ ਬੁਰਜ ਮੁਰਦਾਬਾਦ, ਸਰਵਣ ਧੋਂਦਾ ਪੀਏ ਬੁਰਜ ਬੁਰਜਾ ਮੁਰਦਾਬਾਦ, ਲੋਕਤੰਤਰ ਦਾ ਘਾਣ ਕਰਨ ਵਾਲੀ ਸਰਕਾਰ ਮੁਰਦਾਬਾਦ। ਫੈਲਾ ਮਾਰ 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 ਗਏ।
ਮੁਕੰਮਲ ਤੌਰ ਤੇ ਪੰਜਾਬ ਦੇ ਅੰਦਰ ਐਡਮਿਨਿਸਟ੍ਰੇਸ਼ਨ ਫੇਲ ਹੋ ਗਈ ਹੈ। ਡਿਪਟੀ ਕਮਿਸ਼ਨਰ ਤੇ ਐਸਐਸਪੀ ਸਾਹਿਬ, ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਸਭ ਤੋਂ ਵੱਡੀ ਤੁਹਾਡੀ ਦੋਵਾਂ ਯੰਗ ਆਫੀਸਰਾਂ ਦੀ ਨਾਕਾਮੀ ਇਹ ਹੈ ਕਿ ਦੋ ਹਲਕਿਆਂ ਦੇ ਵਿੱਚ ਜਿੱਥੇ ਤੁਸੀਂ ਕਹਿੰਦੇ ਹੋ ਕਿ ਡੈਮੋਕ੍ਰੇਸੀ ਦਾ ਮਰਡਰ ਕਰ ਦਿੱਤਾ ਗਿਆ, ਕਾਗਜ਼ ਹੀ ਨਹੀਂ ਦਾਖਲ ਕਰਨ ਦਿੱਤੇ ਗਏ ਕਿ ਅਸੀਂ ਕਾਗਜ਼ ਨਹੀਂ ਦਾਖਲ ਕਰਨ ਦਿਆਂਗੇ। ਐਵੇਂ ਜੀਰੇ ਹੋਇਆ, ਲੇਕਿਨ ਜੀਰੇ ਅਸੀਂ ਸਾਰਿਆਂ ਨੇ ਰਲ ਮਿਲ ਕੇ, ਮੈਂ, ਡਿੰਪਾ ਜੀ, ਸੰਧੂ ਸਾਹਿਬ ਹਰਾਂ ਨੇ, ਜੀਰਾ ਸਾਹਿਬ ਨੇ ਰਲ ਮਿਲ ਕੇ ਕਾਗਜ਼ ਦਾਖਲ ਕਰਾ ਲਏ ਹੈ ਉੱਥੋਂ ਦੀ, ਐਵੇਂ ਆਖੀਏ। ਉਸ ਤੋਂ ਬਾਅਦ ਪੁਲਿਸ ਨੇ ਵੀ, ਐਡਮਿਨਿਸਟ੍ਰੇਸ਼ਨ ਨੇ ਵੀ ਸਾਡਾ ਸਾਥ ਦਿੱਤਾ, ਲੇਕਿਨ ਜੋ ਇੱਥੇ ਨੰਗਾ ਨਾਚ ਹੋਇਆ
ਮੈਂ ਕਿਹਾ ਕਿ ਇਹਨਾਂ ਕੁਰਸੀਆਂ ਤੇ ਤੁਸੀਂ ਲੋਕ ਬੈਠੇ ਹੋ ਔਰ ਇਹ ਕੁਰਸੀਆਂ ਦੀ ਬੜੀ ਅਹਿਮੀਅਤ ਹੈ, ਵਰਦੀ ਦੀ ਬੜੀ ਅਹਿਮੀਅਤ ਹੈ, ਲੇਕਿਨ ਅੱਜ ਡੈਮੋਕ੍ਰੇਸੀ ਦਾ ਬਹੁਤ ਵੱਡਾ ਕਾਰਨ ਹੋਇਆ ਸੁਖਪਾਲ ਸਿੰਘ ਜੀ ਦੇ ਹਲਕੇ ਦੇ ਵਿੱਚ ਤੇ ਪੱਟੀ ਹਲਕੇ 'ਚ ਕਿਸੇ ਨੂੰ ਕਾਗਜ਼ ਹੀ ਨਹੀਂ ਦਾਖਲ ਕਰਨ ਦਿੱਤੇ। ਨਸ਼ਹਿਰਾ ਦੇ ਵਿੱਚ ਗੋਲੀ ਚੱਲ ਗਈ, ਸਾਡੇ 5-7 ਜਿਹੜੇ ਸਰਪੰਚ ਸੀਗੇ ਵਿਚਾਰੇ, ਕੋਈ ਕੰਧਾ ਟੱਪ ਗਿਆ, ਕੋਈ ਇੱਧਰ ਹੋ ਗਿਆ, ਉਹ ਕਾਗਜ਼ ਨਹੀਂ ਦਾਖਲ ਹੋਏ, ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ। ਆਹ ਹਾਲਾਤ ਹੈ, ਇਸ ਤਰ੍ਹਾਂ ਦੇ 5-4 ਬੰਦੇ ਫੱਟੜ ਹੋਏ ਹੈ ਜਿਨ੍ਹਾਂ ਦੇ ਆਹ ਹਾਲਾਤ ਕੀਤੇ ਗਏ ਔਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇੱਕ ਵੱਡੀ ਘਟਨਾਕ੍ਰਮ ਇਹ ਹੋਇਆ ਕਿ ਇੱਕ ਇੱਥੇ ਕੋਈ ਉਹਦਾ ਨਾਮ ਕੀ ਹੈ ਮੁੰਡੇ ਦਾ, ਰੋਬਿਨ ਨਾਮ ਦਾ ਵਿਅਕਤੀ ਮਾੜੀ ਮੇਘੇ ਤੋਂ ਹੈ, ਜਿਹਨੂੰ ਪੁਲਿਸ ਭਾਲ ਰਹੀ ਹੈ ਔਰ SSP ਬੜਾ ਉਤਾਵਲਾ ਹੈ ਜਿਹੜੀਆਂ ਉਹਦੀਆਂ ਗੱਲਾਂ ਤੋਂ ਲੱਗਿਆ ਕਿ ਬਈ ਮੈਂ ਇਹਨੂੰ ਫੜਨਾ ਹੈ, ਮੇਰੀ CI ਦੀ ਟੀਮ ਲੱਗੀ ਹੋਈ ਹੈ, ਮੈਂ ਇਹਦੀ ਤਲਾਸ਼ 'ਚ ਹਾਂ ਬੜੇ ਚਿਰ ਤੋਂ। ਲੇਕਿਨ ਅੱਜ ਫੋਟੋਆਂ ਪੇਸ਼ ਕੀਤੀਆਂ ਗਈਆਂ ਉਸ ਬੰਦੇ ਨੂੰ ਜਿਹੜਾ DSP ਭਿੱਖੀਵਿੰਦਾ DSP ਹੈ ਤੇ SHO ਉਹਨਾਂ ਦੇ ਹੱਥਾਂ 'ਚ ਉਹ ਕੋਲੇ ਖੜੇ ਆ ਤੇ ਦੋ ਪੁਲਿਸ ਦੇ ਮੁਲਾਜ਼ਮ ਉਹਨੂੰ ਭਜਾ ਰਹੇ ਹੈ। ਇਹ ਫੋਟੋਆਂ ਸੁਖਪਾਲ ਜੀ ਕੋਲੇ ਆ, ਤੁਹਾਨੂੰ ਭੇਜ ਵੀ ਦੇਣਗੇ, ਇਹ SSP ਸਾਹਿਬ ਨੂੰ ਵੀ ਦੇਤੀਆਂ। ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਗੈਂਗਸਟਰਾਂ ਨੂੰ ਤੇ ਡਰੱਗ ਮਾਫੀਆ ਨੂੰ ਖੁਦ ਬ ਖੁਦ ਜਿਹੜੀ ਹੈ ਪੁਲਿਸ ਤੇ ਇਹ ਜਿਹੜੀ ਸਰਕਾਰ ਹੈ ਭਗਵੰਤ ਸਿੰਘ ਮਾਨ ਹੋਰਾਂ ਦੀ, ਇਹ ਸ਼ਹਿ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੂਕ ਦਰਸ਼ਕ ਬਣ ਕੇ ਦੇਖ ਰਹੇ, ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਹੈ। ਅਫਸਰ ਸ਼ਾਹੀ ਹੈ ਜਿਹੜੀ ਉਹ ਬਿਲਕੁਲ ਲਥਾਰਜਿਕ ਹੋ ਚੁੱਕੀ ਹੈ। ਅੱਜ ਮਤਲਬ ਕਿ ਤੁਸੀਂ ਮੰਨਣਾ ਨਹੀਂ, ਨਾ ਕੇਵਲ ਸਾਡੇ ਬੰਦੇ ਕੁੱਟੇ, ਜਿਹੜੀ ਤਰਨ ਤਾਰਨ ਦੀ ਪੁਲਿਸ ਤੇ ਵੀ ਅੱਜ ਇਹ ਜਿਹੜੇ ਬੰਦੇ ਆ ਗੱਲ ਪੈ ਗਈ ਕਈ ਥਾਂ ਮਾੜੇ ਮੇਘੀ ਦੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਹ ਜਿਹੜਾ ਨੰਗਾ ਨਾਚ ਹੋਇਆ ਗੁੰਡਾ ਗੁਰਦੀ ਦਾ ਤਰਨ ਤਾਰਨ ਦੇ ਵਿੱਚ, ਇਹ ਦੋਨੇ ਅਫਸਰਾਂ ਨੂੰ ਅਸੀਂ ਦੱਸਿਆ, ਨਾਲ ਹੀ ਰਿਕੁਐਸਟ ਕੀਤੀ ਹੈ ਕਿ ਸਾਡੇ 2-4 ਸਰਪੰਚ ਆ ਜਿਹੜੇ ਨਸ਼ਹਿਰਿਆਂ ਦੇ ਰਹਿ ਗਏ, ਉਹਨਾਂ ਦੇ ਬਈ ਗੋਲੀ ਚੱਲਣ ਕਰਕੇ ਉਹ ਭੱਜ ਗਏ, ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖੋ, ਅਸੀਂ ਵੀ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਜੋ ਉਹਨਾਂ ਦੇ ਕਾਗਜ਼ ਲਏ ਜਾਣ। ਸੋ ਇਹ ਸਾਰੇ ਘਟਨਾਕ੍ਰਮ ਬਾਰੇ ਜਿਹੜਾ ਇਹਨਾਂ ਨੂੰ ਜਾਣੂ ਕਰਵਾਇਆ, ਉਹਨਾਂ ਨੇ ਯਕੀਨ ਦਵਾਇਆ ਕਿ ਅਸੀਂ ਬੰਦ ਦੀ ਕਾਰਵਾਈ ਕਰਾਂਗੇ, ਪਰਚਾ ਦੇਵਾਂਗੇ, ਜੇ ਪਰਚਾ ਨਹੀਂ ਹੁੰਦਾ ਤਾਂ ਫਿਰ ਅਸੀਂ ਅਗਲੀ ਜਿਹੜੀ ਕਾਰਵਾਈ ਹੈ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਫਿਰ SSP ਤੇ DC ਦਾ ਘਰਾਓ ਰੱਖਣਾ, ਅਸੀਂ ਥੱਲੇ ਛੋਟੇ ਬੰਦੇ ਦਾ ਕਿਸੇ ਦਾ ਨਹੀਂ ਰੱਖਣਾ, ਔਰ ਉਹਨਾਂ ਚੱਕਰ ਅਸੀਂ ਦਮ ਨਹੀਂ ਲੈਣਾ। ਹੁਣ ਇਹ ਵੀ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਆਪਣੇ ਸੱਟਾ ਮਾਰ ਕੇ ਦੂਜੀ ਧਿਰ ਦੇ, ਕਿਉਂਕਿ ਇਹ ਰਿਵਾਜ ਹੈ ਇੱਥੇ ਕ੍ਰੋਸ ਪਰਚੇ ਦਾ, ਵੀ ਨਾਲ ਇਹਨਾਂ ਦੇ ਬੰਦੇ ਦਾਖਲ ਕਰਾ ਕੇ ਤੇ ਅਸੀਂ ਇਹਨਾਂ ਤੇ ਪਰਚਾ ਕਰਾ ਦੇਵਾਂਗੇ। ਇਸ ਤਰ੍ਹਾਂ ਦਾ ਘਟਨਾਕ੍ਰਮ ਵੀ ਹੋਇਆ ਤੇ ਆਹ ਇਸੇ ਹੀ ਪੋਰਚ ਦੇ ਥੱਲੇ ਧਰਨਾ ਲਾਵਾਂਗੇ, ਫੇਰ ਜਾਣ ਨਹੀਂ ਦੇਵਾਂਗੇ ਕਿਸੇ ਨੂੰ ਬਾਹਰ। ਸੋ ਸਮਾਂ ਥੋੜਾ ਰਹਿ ਗਿਆ, 2 ਸਾਲ ਰਹਿ ਗਏ, ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜਾ ਗੱਲਾਂ ਕਰਕੇ ਤੁਸੀਂ ਸਰਕਾਰ ਲੈ ਕੇ ਆਏ ਸੀ ਬਦਲਾਵ ਦੀ ਸਰਕਾਰ, ਅੱਜ ਲੋਕਾਂ ਨੇ ਤੁਹਾਡਾ ਬਦਲਾਵ ਵੇਖ ਲਿਆ ਹੈ, ਔਰ ਤੁਹਾਡੇ ਨਾਲ ਉਹ ਹੋਣੀ ਹੈ ਜਿਹੜੀ ਕਦੇ ਕਿਸੇ ਨਾਲ ਨਾ ਹੋਈ ਹੋਵੇ। ਤੇ ਆਮ ਆਦਮੀ ਪਾਰਟੀ ਦੇ ਜਿਹੜੇ ਆ ਬੰਦੇ ਤੁਰੇ ਫਿਰਦੇ ਆ, ਆ ਇਹਨਾਂ ਦੇ MLA ਸਾਹਿਬਾਨ, ਇਹਨਾਂ ਨੂੰ ਵੀ ਕੋਈ ਥਾਂ ਨਹੀਂ ਥਿਉਣੀ ਜਿਸ ਤਰ੍ਹਾਂ ਦੇ ਇਹਨਾਂ ਨੇ ਹਾਲਾਤ ਬਣਾਏ। ਸੋ ਅੱਜ ਮੈਂ ਇਸ ਗੱਲ ਦੀ ਪੂਰੀ ਦੀ ਨਿੰਦਾ ਕਰਦਾ ਔਰ ਆਪਦੇ ਵਰਕਰਾਂ ਨੂੰ ਕਹਿਣਾ ਤਕੜੇ ਰਹੋ, ਚਿੰਤਾ ਨਾ ਕਰੋ,
ਅਸੀਂ ਤੁਹਾਡੇ ਨਾਲ ਹੈ, ਬਿਲਕੁਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਰਹਾਂਗੇ। ਕਿਸੇ ਵਰਕਰ ਤੇ ਆਂਚ ਆਏਗੀ ਅਸੀਂ ਸਾਰੇ ਲੀਡਰ ਸਾਹਿਬਾਨ ਉਹਦੇ ਨਾਲ ਖੜੇ ਰਵਾਂਗੇ ਔਰ ਆਂਚ ਨਹੀਂ ਆਉਣ ਦਿਆਂਗੇ। ਔਰ ਆਹ ਕਾਰਵਾਈ ਦਾ ਸਾਨੂੰ ਯਕੀਨ ਦਵਾਇਆ ਵੀ ਕਾਰਵਾਈ ਕਰਾਂਗੇ, ਨਾ ਕੀਤੀ ਤਾਂ ਫਿਰ ਅਸੀਂ ਐਸ ਐਸ ਪੀ ਦਾ ਤੇ ਡਿਪਟੀ ਕਮਿਸ਼ਨਰ ਦਾ ਕਰਾਓ ਕਰਾਂਗੇ। ਇਵੇਂ ਕੁਝ ਨਸ਼ਹਿਰਾ ਪੰਨੂਆਂ ਚ ਵੀ, ਕਿਉਂਕਿ ਜਿਹੜੇ ਤਕਸਰੀ ਕਰਦੇ ਹੈ, ਨਸ਼ੇ ਦਾ ਕਾਰੋਬਾਰ ਕਰਦੇ ਹੈ, ਜਾਂ ਜਿਹੜੇ ਇਹੋ ਜਿਹੇ ਗੈਂਗਸਟਰ ਹੈ, ਉਹਨਾਂ ਨੂੰ ਪੁਲਿਸ ਦੀ ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਸ਼ੈ, ਇਸ ਕਰਕੇ ਸਾਰਾ ਕੰਮ ਕੀਤਾ। ਉਹਨਾਂ ਨੂੰ ਸਰਪੰਚ ਬਣਾਇਆ ਜਾ ਰਿਹਾ। ਤੁਸੀਂ ਵੇਖੋ ਨਾ, ਆਹ ਜਿਹੜੇ ਬੰਦੇ ਨੂੰ ਪੁਲਿਸ ਭਾਲ ਰਹੀ ਹੈ ਤੇ ਪੁਲਿਸ ਨੇ ਕੋਲੇ ਆ ਕੇ ਛੱਡਤਾ, ਉਹਨਾਂ ਨੂੰ ਸਰਪੰਚ ਬਣਾ ਰਿਹਾ ਉੱਥੋਂ ਦਾ ਧੁਨ ਸਾਹਿਬ। ਸੋ ਇੱਥੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਇਹੋ ਜਿਹੇ ਮਾੜੇ ਅੰਸਰਾਂ ਨੂੰ? ਸਾਡੀ ਸਰਕਾਰ ਚ ਵੀ ਮਾੜਾ ਮੋਟਾ ਉਨੀ ਕੀ ਹੋਇਆ, ਲੇਕਿਨ ਅਸੀਂ ਜਿਹੜਾ ਇਸ ਤਰ੍ਹਾਂ ਦੇ ਗੈਂਗਸਟਰ ਸੀਗੇ ਜਾਂ ਤਸਕਰੀ ਕਰਦੇ ਸੀ, ਉਹਨਾਂ ਨੂੰ ਅਸੀਂ ਕਦੇ ਸਰਪੰਚੀ ਦਾ ਮੌਕਾ ਨਹੀਂ ਸਾਡੇ ਬੰਦਿਆਂ ਨੇ ਕਦੇ ਦਿੱਤਾ। 21 ਦੀਆਂ 31 ਪੌਣੀਆਂ ਹੁੰਦੀਆਂ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦਾ ਮਾਹੌਲ ਨਾ ਖਰਾਬ ਹੋ। ਉਹ ਯਾਰ ਗੱਲ ਇਹ ਆ ਵੀ ਇਹ ਹੁਣ ਇਹ ਪੁਲਿਸ ਹੁੰਦੀ ਸੀ ਮਾਰਸ਼ਲ, ਇਹਨੇ ਅੱਤਵਾਦ ਦੇ ਸਮੇਂ ਬੜਾ ਕੰਮ ਕੀਤਾ, ਇਹ ਅੱਤਵਾਦ ਦਾ ਖਾਤਮਾ ਕੀਤਾ ਇਸੇ ਪੰਜਾਬ ਦੀ ਪੁਲਿਸ ਨੇ। ਲੇਕਿਨ ਹੁਣ ਪੁਲਿਸ ਨੂੰ ਬਿਲਕੁਲ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹਦੇ ਨਾਲ ਇਸ ਪੁਲਿਸ ਦੀ ਹੇਠੀ ਹੋਊਗੀ। ਹੁਣ ਇਹ ਇਕੱਲੇ ਵਰਦੀ ਪਾਈ ਹੈ, ਇਹਨੂੰ ਕੋਈ ਬੰਦੂਕ ਹੀ ਹੈ, ਰੌਂਦ ਇਹਨਾਂ ਦੇ ਕੱਢੇ ਦੇ ਹੈ ਸਾਰੇ। ਸੋ ਮੇਰੇ ਕਹਿਣ ਦਾ ਮਤਲਬ, ਕਿਉਂਕਿ ਸਰਕਾਰ ਐਸੀ ਨਿਕੰਮੀ ਬਣ ਗਈ ਹੈ, ਸ਼ਹਿ ਕਿਹਨੇ ਦੇਣੀ ਹੁੰਦੀ ਹੈ? ਮੁੱਖ ਮੰਤਰੀ ਸਾਹਿਬ ਨੇ। ਅਜੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਕਮਜ਼ੋਰ ਹੋਵੇ ਤਾਂ ਫਿਰ ਕੰਮ ਕਿਵੇਂ ਚੱਲਣਾ ਹੈ? ਸੋ ਮੇਰੇ ਕਹਿਣ ਦਾ ਮਤਲਬ, ਇਹ ਬਿਲਕੁਲ ਪੁਲਿਸ ਦਾ ਕਸੂਰ ਤਾਂ ਹੈਗਾ ਹੀ ਹੈਗਾ, ਨਾਲ ਸਰਕਾਰ ਦਾ ਕਸੂਰ ਹੈਗਾ। ਤੇ ਸਾਨੂੰ ਸਰਕਾਰ ਆ ਜਾਂਦੇ ਹੋ, ਜੇ 10 ਦਿਨਾਂ ਦੇ ਵਿੱਚ ਗੈਂਗਸਟਰ ਤੁਹਾਨੂੰ ਕੋਈ ਲੱਭਿਆ ਤੇ ਆ ਗਿਆ ਤਾਂ ਕਹਿ ਦਿਓ, ਜੇ ਪੁਲਿਸ ਆਪਦੀ ਆਈ ਤੇ ਆ ਜੇ ਤੇ ਫਿਰ ਇਹ ਥੋੜੀ ਹੈ ਵੀ ਗੈਂਗਸਟਰ ਉੱਥੋਂ ਸਿੱਧੇ ਫੋਨ ਕਰਨ ਲੱਗ ਪੈਣ ਤੇ ਸਰਪੰਚੀਆਂ ਦੇ ਨਾਮਜ਼ਦ ਕਾਗਜ਼ ਦਾਖਲ ਕਰਾਉਣਾ ਜੋ ਉਹ ਜੀ। ਅਸੀਂ ਡਿਪਟੀ ਕਮਿਸ਼ਨਰ ਨੂੰ ਕਿਹਾ ਵੀ ਉਹ ਲਿਖੋ ਤੁਸੀਂ ਕਿ ਪੁਲਿਸ ਉੱਥੇ ਗਲਤੀ ਕਰਕੇ ਉੱਥੇ ਗੋਲੀ ਚੱਲਣ ਕਰਕੇ ਦਾਖਲ ਨਹੀਂ ਹੋ ਸਕੇ। ਇਲੈਕਸ਼ਨ ਕਮਿਸ਼ਨ ਨੂੰ ਕਹਿੰਦੇ ਮੈਂ ਆਪਦੀ ਰਿਪ੍ਰੈਜੈਂਟੇਸ਼ਨ ਭੇਜਦਾ, ਅਸੀਂ ਉਹਨਾਂ ਨੂੰ ਆਪਦੀ ਰਿਪ੍ਰੈਜੈਂਟੇਸ਼ਨ ਦਿੱਤੀ ਹੈ, ਉਹ ਗੱਲ ਲਿਖ ਕੇ ਭੇਜਣਗੇ, ਅਸੀਂ ਫਿਰ ਇਲੈਕਸ਼ਨ ਕਮਿਸ਼ਨ ਨਾਲ ਪ੍ਰੋਸੀਡ ਕਰਾਂਗੇ।